कबीर संत मोए क्या रोइए, जो अपने ग्रह जाए रोवो साकत बापुरे, जो हटे हट बिकाए, जो हटे हट बिकाई। कबीर साकत ऐसा है जैसी लसन की खान, कोने बैठे खाई है प्रगट हुए निदान, कोने बैठे खाई है प्रगट हुए निदान। वाहिगुरु जी का खालसा, वाहिगुरु जी की फतेह। धन धन श्री गुरु ग्रंथ साहिब पातशाह जी के पावन चरणों के विराजमान गुरु प्यार वाले गुरु सवारे सतसंगी जनों, भगत बाबा कबीर साहब जी के पावन श्लोकों विचारण का समझण का यतन गुरमुखो आप कर रहे हैं। श्लोक नंबर 15 तक विचार हो चुकी है, 16 और 17 नंबर श्लोक का पाठ संगती रूप आपां उच्चारण किया है। कबीर साहब ने जो पिछले श्लोकों के विच सानू शुद्ध बुद्ध बख्शी, कबीर दीन गवाया दुनी सौ दुनी ना चाली साथ, पाए कुहाड़ा मारिया गाफल अपने हाथ, दुनिया नू खुश करन दी खातर दीन ही गवा लिया, झूठिया नू खुश करन दी खातर सच ही गवा लिया जिंदगी चो, ये सही कार्ज नहीं है। ये तो इंज है जिमें कोई अपने पैरां दे उत्ते कुहाड़ा अपने हत्थां नाल मारदा होवे। तो इत्थे गुरमुखो जो अज दा ये पावन श्लोक है ना, कबीर साहब जी ने गल कीती, कबीर संत मोए क्या रोई है। जदों कोई जीव चढ़ाई कर जांदा है ते आम तौर दे उत्ते समाज दे विच रुदन कीता जांदा है, उहदे विछोड़े दे नाल रोया जांदा है, उहनूं धां मारियां जांदियां ने। कबीर साहब कहिंदे मैं बड़ा हैरान हां, जिहड़ा जित के जा रहा है जिंदगी दी बाजी उहनूं भी लोक रोई जांदे आ, जिहड़ा हार के जाई जांदा है उहनूं भी रोई जांदे आ, दोने पासे रोना ही है। कोई नाम जपण वाला सच की कमाई करके जा रहा है कहिंदे लोग फिर भी रोंदे है, वो तो जिंदगी जी बाजी जित के चलिया है। जे कोई पापी मर जांदा है, बेईमान मर जांदा, जालम मर जांदा, कहिंदे फिर भी कहिंदे बड़ा माड़ा होया, उदों दे रोंदे फिर भी है। कबीर साहब कहिंदे ऐसा किवें हो, जे चंगे नूं रो रहे हो तां फिर माड़े नूं क्यों, जे माड़े नूं रो रहे हो पर चंगे नूं क्यों रो रहे हो, दोनों नूं इक्को थां क्यों रखदे हो भाई। तो अज दा जिहड़ा ये पावन बचन है ना,
ਕਬੀਰ ਸਾਹਿਬ ਸਾਨੂੰ ਇਹ ਸੋਝੀ ਬਖਸ਼ ਰਹੇ ਨੇ। ਕਹਿਣ ਲੱਗੇ ਕਬੀਰ ਸੰਤ ਮੂਏ ਕਿਆ ਰੋਈ ਹੈ, ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ ਸੰਤ ਨੇ ਸਰੀਰ ਤਿਆਗਿਆ, ਕਿਆ ਰੋਈ ਹੈ, ਕਿਉਂ ਰੋਈਏ ਭਾਈ, ਨਹੀਂ ਰੋਣਾ ਬਣਦਾ। ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਸੰਤ ਨੇ ਸਰੀਰ ਤਿਆਗਿਆ, ਮੂਏ ਦਾ ਅਰਥ ਸਰੀਰ ਤਿਆਗਾ ਹੀ ਹੋਏਗਾ, ਕਿਆ ਰੋਈਏ ਭਾਈ, ਕਿਉਂ ਰੋਈਏ। ਜੋ ਆਪਣੇ ਗ੍ਰਹਿ ਜਾਏ ਉਹ ਤਾਂ ਆਪਣੇ ਅਸਲ ਘਰ ਦੇ ਵਿੱਚ ਗਿਆ। ਜਿਵੇਂ ਆਪਾਂ ਕੱਲ ਵਿਚਾਰ ਕੀਤੀ ਸੀ ਨਾ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣਹਾਰ। ਜਿਹੜਾ ਭਾਈ ਸੰਸਾਰ ਵਿੱਚ ਪਹੁੰਚਿਆ ਉਹਨੇ ਚੱਲਣਾ ਹੀ ਆ, ਅਖੀਰ ਨੂੰ ਆਪਣੇ ਨਿੱਜ ਘਰ ਜਾਣਾ ਹੀ ਆ ਉੱਥੇ। ਕਬੀਰ ਸੰਤ ਮੂਏ ਕਿਆ ਰੋਈ ਹੈ, ਦੁਨੀਆਂ ਦੇ ਲੋਕ ਸੰਤ ਸੰਸਾਰ ਤੋਂ ਜਾਂਦਾ ਤਾਂ ਵੀ ਰੋਂਦੇ ਆ, ਪਾਪੀ ਲਈ ਤਾਂ ਰੋਣਾ ਹੀ ਰੋਣਾ ਹੈ, ਉਹਦੇ ਲਈ ਨਾ ਰੋ। ਜੋ ਆਪਣੇ ਗ੍ਰਹਿ ਜਾਏ, ਉਹ ਤਾਂ ਭਾਈ ਆਪਣੇ ਨਿੱਜ ਘਰ, ਆਪਣੇ ਨਿੱਜ ਅਰਧ ਆਪਣੇ ਘਰ ਦਾ ਕੀ ਅਰਥ ਹੈ, ਆਪਣੇ ਅਸਲ ਘਰ ਦੇ ਵਿੱਚ ਗਿਆ, ਜਿਸ ਘਰ ਵਿੱਚੋਂ ਉਹ ਆਇਆ ਸੀ ਨਾ, ਜਿਹੜੀ ਥਾਂ ਤੋਂ ਸੰਤ ਆਇਆ ਸੀ ਉਸੇ ਥਾਂ ਦੇ ਉੱਪਰ ਵਾਪਸ ਚਲਾ ਗਿਆ। ਆਪਣੇ ਗ੍ਰਹਿ ਜਾਏ, ਇੱਕ ਬਚਨ ਸਮਝੋ ਬੜੇ ਧਿਆਨ ਨਾਲ, ਗੁਰਮੁਖੋ ਬਾਬਾ ਸੁੰਦਰ ਸਾਹਿਬ ਦੀ ਪਾਵਨ ਬਾਣੀ ਹੈ ਰਾਮ ਕਲੀ ਰਾਗ ਅੰਦਰ ਸਦ ਬਾਣੀ, ਬਹੁਤੀ ਲੰਬੇਰੀ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਦੇ ਪੜਪੋਤਰੇ ਹੋਏ ਨੇ ਬਾਬਾ ਸੁੰਦਰ ਸਾਹਿਬ ਜੀ, ਇਤਿਹਾਸਕਾਰ ਕਹਿੰਦੇ ਨੇ 7-8 ਸਾਲ ਦੀ ਅਰਜਾ ਸੀ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਆਪਣਾ ਸਰੀਰ ਤਿਆਗਿਆ ਤੇ ਕੋਲੇ ਸਨ। 7-8 ਸਾਲ ਦਾ ਬੱਚਾ ਉਸ ਸਮੇਂ ਹੈ, ਉਹਨੂੰ ਸੋਝੀ ਹੈ ਪੂਰੀ, ਯਾਦ ਚੇਤਾ ਸੀ। ਜੋ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਅਖੀਰਲੇ ਸਮੇਂ ਆਪਣੇ ਪਰਿਵਾਰ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਧੀਆਂ ਨੂੰ, ਸਿੱਖਾਂ ਨੂੰ ਜੋ ਅਖੀਰਲੇ ਸਮੇਂ ਬਚਨ ਕਹੇ, ਬਾਬਾ ਸੁੰਦਰ ਸਾਹਿਬ ਨੇ ਉਹ ਬਾਣੀ ਰਚ ਦਿੱਤੀ, ਉਹ ਬਚਨ ਰਚ ਦਿੱਤੇ। ਉਹ ਰਚਨਾ ਜਿਹੜੀ ਹੈ ਬਾਬਾ ਸੁੰਦਰ ਸਾਹਿਬ ਦੀ ਹੈ, ਪਰ ਬਚਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਨੇ, ਜਿਹੜੇ ਅਖੀਰਲੇ ਸਮੇਂ ਕਹੇ ਸਿੱਖਾਂ ਨੂੰ। ਉਹਦੇ 'ਚ ਇੱਕ ਤਾਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਇੱਕ ਬਚਨ ਕਰਦੇ ਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਪੁੱਛਿਆ ਪਾਤਸ਼ਾਹ ਕਿਉਂ, ਮਤ ਦਾ ਅਰਥ ਹੈ ਮਤਾਂ ਕੋਈ ਮੇਰੇ ਪਿੱਛੋਂ ਰੋਵੇ, ਮਤ ਦਾ ਅਰਥ ਤੇ ਅਕਲ ਨਹੀਂ ਹੈ। ਮਤ ਮੈਂ ਪਿੱਛੇ ਕੋਈ ਰੋਵ ਸੀ, ਮਤਾਂ ਕੋਈ ਭਾਈ ਮੇਰੇ ਜਾਣ ਤੋਂ ਪਿੱਛੋਂ ਰੋਵੇ, ਸੋ ਮੈਂ ਮੂਲ ਨਾ ਪਾਇਆ। ਪਾਤਸ਼ਾਹ ਕਹਿੰਦੇ ਸਾਨੂੰ ਮੂਲੋਂ ਹੀ ਨਹੀਂ ਚੰਗਾ ਲੱਗਣਾ। ਪੁੱਛਿਆ ਪਾਤਸ਼ਾਹ ਕਿਉਂ, ਬੜੀ ਧਿਆਨ ਨਾਲ ਸਮਝੋ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ। ਸਾਰਿਆਂ ਨੂੰ ਆਪਣੇ ਕੋਲ ਬਿਠਾ ਲਿਆ ਗੁਰਮੁਖੋ ਵਿੱਚ ਗੁਰੂ ਅਮਰਦਾਸ ਸਾਹਿਬ ਨੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ, ਧੁਰ ਲਿਖਿਆ ਪਰਵਾਣਾ ਫਿਰੈ ਨਾਹੀਂ। ਜਿਹੜਾ ਧੁਰ ਤੋਂ ਇਹ ਪਰਵਾਨਾ ਆਇਆ ਨਾ, ਇਹ ਚਿੱਠੀ ਆਈ ਹੈ, ਇਹ ਫਿਰ ਨਹੀਂ ਸਕਦੀ, ਇਹ ਬਦਲ ਨਹੀਂ ਸਕਦੀ। ਕੀ ਚਿੱਠੀ ਹੈ ਜੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਫਿਰ ਕਿਹਾ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਹੁਕਮ ਕੀਤਾ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਪਾਤਸ਼ਾਹ ਕਹਿੰਦੇ ਨੇ ਮਤਾ ਹੀ ਨਹੀਂ ਚੰਗਾ ਲੱਗਣਾ ਭਾਈ, ਤੁਸੀਂ ਰੋਵੋਗੇ ਤਾਂ ਸਾਨੂੰ। ਪਾਤਸ਼ਾਹ ਪੁੱਛਿਆ ਕਾਰਨ ਕੀ ਹੈ,
ਹੁਣ ਅੱਗੇ ਗੁਰਮੁਖੋ ਪੰਕਤੀ 'ਚ ਕਾਰਨ ਦੱਸਦੇ ਹੈ। ਮਿੱਤ ਪੈਜੈ ਮਿੱਤ ਵਿਕਸੈ ਜਿਸ ਮਿੱਤ ਕੀ ਪੈਜ ਪਾਵੇ, ਆਹ ਹੈ ਕਾਰਨ ਕਿਉਂ ਨਹੀਂ ਰੋਣਾ। ਦੇਖੋ ਸਾਡੇ ਕੋਲ ਨਾ ਇੱਕ ਜੋ ਅਸੀਂ ਕਹਿੰਦੇ, ਮੰਨ ਲਓ ਕੋਈ ਜੀਵ ਚੜ੍ਹਾਈ ਕਰ ਜਾਂਦਾ, ਅਸੀਂ ਕਹਿੰਦੇ ਭਾਈ ਚੁੱਪ ਕਰ ਜੋ, ਨਾ ਰੋਵੋ। ਪੁੱਛੋ ਕਿਉਂ ਨਾ ਰੋਈਏ, ਕਹਿੰਦੇ ਰੱਬ ਦਾ ਭਾਣਾ। ਸਾਡੇ ਕੋਲ ਕੀ ਉੱਤਰ ਹੁੰਦਾ? ਭਾਈ ਨਾ ਰੋਵੋ, ਕਿਉਂ ਨਾ ਰੋਈਏ, ਕਹਿੰਦੇ ਰੱਬ ਦਾ ਭਾਣਾ ਹੀ ਸੀ ਇਹ ਤਾਂ। ਵੀ ਕੋਈ ਜ਼ਰੂਰੀ ਆ ਵੀ ਰੱਬ ਦੇ ਭਾਣੇ 'ਚ ਰੋਇਆ ਹੀ ਜਾਵੇ? ਜਿਸ ਦਿਨ ਤੂੰ ਜੰਮਿਆ ਸੀ ਤੇਰਾ ਜੰਮਣਾ ਵੀ ਤਾਂ ਰੱਬ ਦਾ ਭਾਣਾ ਹੀ ਸੀ, ਉਸ ਦਿਨ ਤਾਂ ਰੋਇਆ ਨਹੀਂ, ਖੁਸ਼ੀਆਂ ਮਨਾਈਆਂ ਸੀ ਉਸ ਦਿਨ ਤੇ। ਜਾਂ ਤਿਸ ਭਾਣਾ ਤਾਂ ਜੰਮਿਆ, ਇਕੱਲਾ ਮਰਨਾ ਹੀ ਭਾਣਾ ਨਹੀਂ ਹੁੰਦਾ, ਜੰਮਣਾ ਵੀ ਭਾਣਾ ਹੀ ਹੁੰਦਾ, ਉਸ ਦਿਨ ਤੇ ਰੋਇਆ ਨਹੀਂ ਸੀ। ਇਹ ਕੋਈ ਜ਼ਰੂਰੀ ਥੋੜ੍ਹਾ ਵੀ ਰੱਬ ਦੇ ਭਾਣਿਆਂ ਦਾ ਰੋਇਆ ਹੀ ਜਾਵੇ? ਤਾਂ ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਗੁਰਮੁਖੋ ਇਹ ਸਿੱਖਾਂ ਨੇ ਬੱਚਿਆਂ ਨੇ ਸਵਾਲ ਕੀਤਾ, ਪਾਤਸ਼ਾਹ ਕਿਉਂ ਨਾ ਰੋਈਏ, ਗੁਰੂ ਪਾਤਸ਼ਾਹ ਨੇ ਆਹ ਨਹੀਂ ਕਿਹਾ ਵੀ ਭਾਈ ਰੱਬ ਦਾ ਭਾਣਾ ਤਾਂ ਨਾ ਰੋਵੋ। ਗੁਰੂ ਪਾਤਸ਼ਾਹ ਇੱਕ ਵੱਖਰੀ ਦਲੀਲ ਦਿੰਦੇ ਆ, ਕਾਰਨ ਦੱਸਦੇ ਆ। ਕੀ ਕਹਿੰਦੇ ਨੇ? ਮਿੱਤ ਪੈਜੈ, ਪੈਜ ਦਾ ਅਰਥ ਹੁੰਦਾ ਇੱਜ਼ਤ ਮਿਲਣੀ। ਜੇ ਇੱਕ ਮਿੱਤਰ ਨੂੰ ਇੱਜ਼ਤ ਮਿਲਦੀ ਹੈ ਤੇ ਮਿੱਤਰ ਨੂੰ ਮਿਲਦੀ ਇੱਜ਼ਤ ਵੇਖ ਕੇ ਦੂਜਾ ਮਿੱਤਰ ਖੁਸ਼ ਹੋਣਾ ਚਾਹੀਦਾ, ਤਾਂ ਹੀ ਸੱਚਾ ਮਿੱਤਰ ਹੈ। ਜੇ ਇੱਕ ਮਿੱਤਰ ਨੂੰ ਸਨਮਾਨ ਮਿਲਦਾ ਤੇ ਦੂਜੇ ਮਿੱਤਰ ਨੂੰ ਰੋਣਾ ਚਾਹੀਦਾ ਕਿ ਖੁਸ਼ ਹੋਣਾ ਚਾਹੀਦਾ? ਖੁਸ਼ ਹੋਣਾ ਚਾਹੀਦਾ। ਪਾਤਸ਼ਾਹ ਕਹਿੰਦੇ ਫਿਰ ਖੁਸ਼ ਹੋਵੋ ਭਾਈ, ਮਿੱਤ ਪੈਜੈ ਮਿੱਤ ਵਿਕਸੈ ਜਿਸ ਮਿੱਤ ਕੀ ਪੈਜ ਪਾਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਦੋਂ ਮਿੱਤਰ ਨੂੰ ਇੱਜ਼ਤ ਮਿਲਦੀ ਹੈ, ਸਨਮਾਨ ਮਿਲਦਾ, ਉਦੋਂ ਕਹਿਣ ਲੱਗੇ ਭਾਈ ਉਦੋਂ ਤਾਂ ਮਿੱਤਰ ਨੂੰ ਖੁਸ਼ ਹੋਣਾ ਚਾਹੀਦਾ। ਇਸ ਕਰਕੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪੈਣਾ ਬਈ। ਐ ਮੇਰੇ ਭਾਈਓ, ਐ ਮੇਰੇ ਪੁੱਤਰੋ, ਤੁਸੀਂ ਵਿਚਾਰ ਕੇ ਤਾਂ ਦੇਖੋ। ਪਹਿਲਾਂ ਕਿਹਾ ਗੁਰ ਜਾਏ ਹਰ ਪ੍ਰਭ ਪਾਸ ਜੀਓ, ਪਹਿਲਾਂ ਇਹ ਕਿਹਾ, ਹੁਣ ਕੀ ਕਿਹਾ? ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਐ ਮੇਰੇ ਭਰਾਵੋ, ਐ ਮੇਰੇ ਪੁੱਤਰੋ, ਐ ਮੇਰੇ ਸੁੱਖੋ, ਤੁਸੀਂ ਵਿਚਾਰ ਕੇ ਤਾਂ ਦੇਖੋ, ਥੋੜ੍ਹਾ ਜਿਹਾ ਮਨ ਨੂੰ ਸਮਝਾ ਕੇ ਤਾਂ ਦੇਖੋ ਵੀ ਅਸਲ ਗੱਲ ਹੈ ਕੀ ਆ, ਵੀ ਰੋਣ ਦੀ ਗੱਲ ਹੈ ਕੋਈ? ਤੁਸੀਂ ਵਿਚਾਰ ਦੇਖੋ ਪੁੱਤ ਭਾਈਓ, ਭਾਈ ਹਰ ਸਤਿਗੁਰੂ ਪਹਿਨਾਵੇ, ਹਰੀ ਸਤਿਗੁਰੂ ਨੂੰ ਪਹਿਨਾ ਰਿਹਾ, ਇੱਜ਼ਤ ਦੇ ਰਿਹਾ, ਸਰੋਪਾ ਪਾ ਰਿਹਾ। ਪਹਿਨਾਵੇ ਦਾ ਅਰਥ ਨਾ ਇੱਜ਼ਤ ਦੇਣਾ। ਉਹ ਹਰੀ ਸਤਿਗੁਰੂ, ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਉਹ ਹਰੀ ਪਰਮੇਸ਼ਰ ਜੀ ਸਾਨੂੰ ਸਰਪਾਓ ਦੇ ਰਿਹਾ, ਸਾਨੂੰ ਇੱਜ਼ਤ ਦੇ ਰਿਹਾ, ਤੇ ਤੁਸੀਂ ਦੁਖੀ ਕਿਉਂ ਹੋ ਰਹੇ ਹੋ? ਖੁਸ਼ ਹੋਵੋ, ਅਸੀਂ ਤਾਂ ਆਪਣੇ ਨਿੱਜ ਘਰ ਜਾ ਰਹੇ ਹਾਂ, ਅਸੀਂ ਉਸ ਥਾਂ ਤੇ, ਸਾਨੂੰ ਸਤਿਗੁਰੂ ਜੀ ਉਹ ਪਰਮੇਸ਼ਰ ਨੇ ਜਿਹੜੇ ਉਹ ਸਾਨੂੰ ਸਨਮਾਨ ਦੇ ਰਹੇ ਆ, ਇੱਜ਼ਤ ਦੇ ਰਹੇ ਆ। ਕਿਉਂ? ਕਿਉਂਕਿ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਚੱਲੇ ਹਾਂ। ਆਹ ਹੈ ਗੁਰਮੁਖੋ ਕਾਰਨ, ਰੋਣਾ ਕਿਉਂ ਨਹੀਂ ਚਾਹੀਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਕਬੀਰ ਸੰਤ ਮੂਏ ਕਿਆ ਰੋਈ ਹੈ। ਭਾਈ ਸੰਤ ਦੇ ਸਰੀਰ ਤਿਆਗਿਆਂ ਦਾ ਕਿਉਂ ਰੋਣਾ? ਉਹ ਤਾਂ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਚੱਲਿਆ, ਉਹਨੂੰ ਤਾਂ ਰੱਬ ਦੇ ਘਰ ਸਨਮਾਨ ਮਿਲਣਾ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਕਿਉਂ? ਜਿੰਨੀ ਨਾਮ ਤੇ ਆਇਆ ਗਈ ਮਸ਼ਕਤ ਘਾਲ। ਜਿਨ੍ਹਾਂ ਨੇ ਮਸ਼ਕਤਾਂ ਘਾਲੀਆਂ ਨੇ, ਜਿਨ੍ਹਾਂ ਨੇ ਨਾਮ ਨੂੰ ਧਿਆਇਆ, ਉਹਨਾਂ ਦੇ ਮੁੱਖ ਤੇ ਉਜਲੇ ਆ ਪਰਮੇਸ਼ਰ ਦੇ ਦਰਬਾਰ। ਭਾਈ ਉਹਨਾਂ ਲਈ ਕਿਉਂ ਰੋਣਾ? ਇੱਜ਼ਤ ਮਿਲ ਰਹੀ ਹੈ ਸੰਤ ਨੂੰ, ਇੱਜ਼ਤ ਮਿਲ ਰਹੀ ਹੈ ਬੰਦਗੀ ਕਰਨ ਵਾਲੇ ਨੂੰ, ਸਨਮਾਨ ਮਿਲ ਰਿਹਾ ਰੱਬ ਦੇ ਘਰ ਦੇ ਵਿੱਚ। ਭਾਈ ਖੁਸ਼ ਹੋਵੋ। ਅਗਲਾ ਬਚਨ, ਰੋਵੋ ਸਾਕਤ ਬਾਪਰੇ। ਰੋਈਏ ਤਾਂ ਕਹਿਣ ਲੱਗੇ ਸਾਕਤ ਨੂੰ। ਸਾਕਤ ਦਾ ਅਰਥ ਇੱਥੇ ਕੀ ਬਣੇਗਾ? ਦੀਨ ਗਵਾਇਆ ਦੁਨੀ ਸਿਉਂ, ਉਸ ਸਾਕਤ ਨੂੰ ਰੋਈਏ।
वैसे साकत दी डेफिनेशन आ ना गुरबाणी दे अंदर गुरमुखो बाबा जी ने कहा साकत कौन है हर रस साधना जानिया जिन्हें दुनिया के सारे रस माने होण पर हरी दे नाम का रस नहीं ना माणिया वह साकती है। तिन अंतर होमे कंडा ही जिदे हिरदे के अंदर होमे का कंडा है ते जिन्हें नाम रस नू नहीं माणिया वह साकती है। इस करके पातशाह कहिंदी जी रोना है ना ते रोना किहदे लई बणदा है रोवो साकत बापुरे उस बेचारे साकत लई रोवो भाई जो हट है हाट जो हर हट्टी दे उपर हर थां दे उपर विकाए विकदा रहा जिंदगी भर जिहड़ा बंदा थां थां ते विकदा ही रहा थां थां ते झुकदा ही रहा थां थां ते अपनी जमीर वेचदा रहा उहदे लई तां रोईए भी भाई ज्यौंदे जी भी भटकदा ही रहा ते मरन तो बाद कित्थे थां मिलनी है बुरे दे लई रोईए। इहदा अर्थ इह नहीं आ भी जदों कोई पापी मर जदों जोर जोर दी रोईए इहदा अर्थ गुरु पातशाह इह समझा रहे है भी जिहड़ा नाम जपण वाला भाई उह तां लीन हो गया वह तो रूप हो गया उहदा। हाँ रोना है तो वो रोना बनता है जो ज्यौंदे जी हट्टिया के उत्ते थां थां के उत्ते विकदा ही रहा पाप ही करता रहा बुराइया ही करता रहा पछतावा तो वो होना चाहिए भी देखो रब ने एडा सोहना शरीर दिता सी एडा सोहना जीवन दिता सी ते गवा के चला गया पछतावा तो वो चाहिए ना किड्डी सोहनी हीरे जैसा जन्म है कौडी बदले जाए गवा के गया पछतावा बनता है। कबीर साकत ऐसा है हुण पुछा साकत दे लक्षण की होंदे है जेडे साकत लई गुरु पातशाह कहिंदे पछतावा करिए रोईए रोई दा अर्थ पछतावा करिए भी जिंदगी दी बाजी हार के गया है। कहन लगे कैसा हुंदा है जी कबीर साकत ऐसा है अजिहा है अजिहे लक्षण ने जैसी लसन की खान खान का जिहड़ा अर्थ है ना गुरमुखो इत्थे खान का अर्थ बहुतांत विद्वाना ने किया स्टोर लसन का स्टोर लसन की कोठी पर फरीदकोटीए टीके ने किया लसन की चटनी खाण का अर्थ। चलो खैर गल तो कोई बन जी गल तो लसन भी हो रही है। कहिंदे कबीर साकत ऐसा है रब तो टुटिया होया दुनिया की खातर दीन छड़िया जी ने वो तो कहन लगे लस उहदा जीवन तो लसन की खाण वर्गा हुंदा है। कैसी लसन की खाण कोने बैठे खाई है जे लसन नू कोने च बैठ के लुक के दुनिया तो परे होके खा लईए ना प्रगट होए निदान कहन लगे हे निदान हे पुरख फिर भी वह अखीर नू वह प्रगट हो जाती है भाव की बनिया भी भावें लसन नू कोने च बैठ के खाइए पर वह जदों बोलदा ना आके दुनिया के सामने तो गुरमुखो उहदे मूँह विच्चों दुर्गंध आउंदी है लसन की तो असी कह लसन खा के आए वो कहिंदा खाद तो लोके सी मैं कोई देखदा ही नहीं सी पिया तैनू क्यों पता लग्या वह कहिंदे खादी भावें लोके आ पर तेरे मूँह च आउंदी होई आ दसदी पई है बदबू दस रही है भी खा के आया तू जदों बोलदा है ना जदों मूँह खोलदा उदों पता लग जांदा इहने की खादा है। अर्थ की बनिया कहन लगे साकत बंदा भावें कितना ही चुप रह जे किन्ना मर्जी लुक जे उहदियां आदतां दस दिंदियां ने है की असल दे विच जिवें एक ना बचन मैनूं चेते गुरमुखो आ रहा मैं साझा करा जैसे तो कहै मजार करो ना आहार मास मूछा देख पाछे परियो धीर ना धरत है। भाई गुरदास साहब
जैसे कौआ रीस कै मराल सभा जाए बैठ छाड़ मुक ताहल दुर्गंध सिमरत है। जैसे मोन गैस यार करतक अनेक जतन, कहन लगे बहुत जिमें जैसे तो कह मजार, जिमें बिल्ला कह दे मैं छड़ दिता मास खाना। इस साक्ष की गल ही हो रही है इतने। बिल्ले ने कहा जी अड़ तो बाद मास खाना बंद, ऐलान करता। बहुत लोग होंगे आ कहते जी हुण नाम जपना शुरू करता सिख बन गए जी, हुण तां ठगियां झूठ बेईमानियां बंद करतियां, कह दिंदा ना बंद। कहिंदे इदां गुरु दे दर दे उत्ते बैठ के दावे जी करदा, इदां दे लोकां च बैठ के दावे जी करदा, कहना सौखा ही हुंदा वी छड्डता सारा कुछ। जैसे मोन गहसे यार, जैसे तो कहै मजार, करुणा आहार मास। कहिंदे ऐलान करता बिल्ले ने भी मास खाना बंद। लोकां ने कहा चंगा है भाई, पर मूसा देख पाछै परयो। जदों कहिंदे चूहा सामने आ गया फिर की हो गया, भुल गया सब कुछ। वैसे कहिंदा सी भी मास खाना बंद है, पर जदों सामने चूहा देखिया कहिंदे धीर ना धरत है, धीरज खत्म हो गया, झपट मारी ते खा गया, क्योंकि आदत उदां दी सी। होके दावे की करना। इस तरह जैसे कौआ रीस कै मराल सभा जाए बैठ छाड़ मुक ताहल दुर्गंध सिमरत है। कौआ कहिंदा आपां भी हंस बणांगे, आपां भी हंसा वर्गे बन के दिखाउणा दुनिया नूं। ते कहिंदे हंस दे नाल नाल रहिंदा भी, नाल रहिण नाल शायद हंस बन जां। कहिंदे छाड़ मुक ताहल, जदों हंस खाणा खाण बैठा ते ओह खांदा सी मोती। हुण मोती लाल चंगे ना लगन भाई कौए नूं, कहिंदे हुण गल गलारी फस गई, कह लो भी हुण गड़बड़ हो गई। मैनूं तां मोती चंगे नहीं लगदे, उत्थों उडारी मारी गंदगी दे ढेर पिया। कहिंदा इत्थे गल बणदी है वी कल्ले ऐलान करन नाल की हो जाएगा वी हंस बन गए। हंस बई हंस बन दे लई गंदगी छड्डनी पैंदी हुंदी है, मोती खाने पैंदे हुंदे है। कल्ले बाहर दे ऐलान करन नाल की हो जाएगा, छड्डता जी सब कुछ। जैसे मोन गैस यार करतक अनेक जतन, कहन लगे गिदड़ सी गुरमुखो चुप जा रहिंदा, बिल्कुल बोलदा ही नहीं। दुनिया कहिंदी भी इहने तां हुण बोलना छड्डता, पर कहिंदे दूर किते गिदड़ बोलिया ते उहदी आवाज़ नूं देख के जवाब तां फरदेना ही सी ना, ते जोर जोर दी रौला पाउण लग पिया, पता लग गया लोकां नूं वी गिदड़ है। वैसे एक ना एक इतिहास घटना भी आउंदी इदां दी। आनंदपुर साहब के जंगलों के गुरमुखो परले पासे जंगलों के विच सिखा ने गुरु कलगीधर पातशाह नूं कहा, पातशाह उत्थे एक शेर देखते आ, लोग डरदा कोई उधर नूं जांदा ही नहीं। पातशाह ने सिखा नूं भेजिया भाई जाओ। गुरमुखो होया कि धन गुरु कलगीधर पातशाह ने गधा मंगाया ते पातशाह जंगल दे किनारे दे उत्ते लै गए ते सिखा नूं कहा दो चार डंडे मारो भाई इहदे। जदों सिखा ने खोते दे दो चार डंडे मारे गधे दे, जिहड़ा वह परले पासे शेर सी ना खड़ा दिखदा सी वी शेर फिरदा, एकदम जोर जोर दी गधे वांग हिंगण लग पिया। कहन लगे पातशाह है तां शेर खड़ा लगदा, हिंगदा क्यों पिया? पातशाह कहिंदा नेड़े जाके देखो। तां जो नेड़े गए गुरमुखो, खोता सी ते उपर शेर की खल पाई हुई सी, थले खोता ही है, उपर शेर की खल पाई हुई सी। सिख खल लिया के पातशाह दे कोल लैके आए। पातशाह ये खल किने पाती? पातशाह कहन लगे असी पाई सी भाई। सतगुरु क्यों पाई सी? पातशाह कहिंदे तुहानू समझाउण दे लई, दुनिया च ऐसे भी शेर हुंदे आ जिहड़े भाई केवल बाहरों बाहरों दिखदे ही हुंदे आ शेर, जिवें खोते ने शेर की खल पाई। बाहरों तो लोग डरदे ही सी ना वी शेर है, दिखदा तो सी ना वी शेर है।
ਪਰ ਜਦੋਂ ਨਾਲ ਦੇ ਗਧੇ ਨੂੰ ਹਿੰਗਦਿਆਂ ਹੋਇਆਂ ਦੇਖਿਆ ਫਿਰ ਰਹਿ ਨਾ ਸਕਿਆ, ਫਿਰ ਗਧੇ ਵਾਂਗ ਹਿੰਗਣਾ ਸ਼ੁਰੂ ਕਰਤਾ। ਹੁੰਦਾ ਗੁਰਮੁਖੋ, ਬਾਹਰੋਂ ਬੰਦਾ ਧਰਮੀ ਬਣੀ ਜਾਂਦਾ, ਬਾਹਰੋਂ ਪਹਿਰਾਵਾ ਪਾਈ ਲੈਂਦਾ, ਪਰ ਜਦੋਂ ਕੋਈ ਸਾਹਮਣੇ ਤੋਂ ਗਾਲਾਂ ਕੱਢਦਾ ਨਾਲ ਦੀ ਨਾਲ ਦੋ ਗੁਣਾ ਵੱਧ ਕੱਢਦਾ, ਪਤਾ ਲੱਗ ਗਿਆ ਵੀ ਪੋਤਾ ਹੀ ਸੀ, ਉਹ ਹਿੰਗ ਪਿਆ ਵੀ ਹਿੰਗ ਪਿਆ, ਉਹ ਹਿੰਗਿਆ ਇਹ ਵੀ ਹਿੰਗ ਪਿਆ, ਇੱਧਰੋਂ ਅਰਥ ਕੀ ਬਣਿਆ। ਤਾਂ ਹੀ ਪਾਤਸ਼ਾਹ ਨੇ ਕਿਹਾ, ਹੁੰਦਾ ਗੁਰਮੁਖੋ ਕਈ ਵਾਰ ਆਪਾਂ ਕਹਿੰਦਾ ਮੈਂ ਦੁੱਗਣਾ ਜਵਾਬ ਦਿਉਂ, ਲੋੜ ਹੀ ਨਹੀਂ, ਕਿਉਂ ਉਲਝਣਾ ਭਾਈ ਕਿਸੇ ਨਾਲ, ਕੋਈ ਸਾਨੂੰ ਮਾੜਾ ਕਹਿ ਰਿਹਾ ਅਸੀਂ ਕਿਉਂ ਮਾੜਾ ਕਹੀਏ, ਛੱਡ ਦਿਓ, ਪਰੇ ਹੋ ਜਾਓ, ਇਗਨੋਰ ਕਰ ਦਿਓ, ਇਹ ਹੈ ਨਹੀਂ। ਤੇ ਪਾਤਸ਼ਾਹ ਕਹਿੰਦੇ ਉਹ ਹਿੰਗਿਆ ਤੂੰ ਹੀ, ਗੱਲ ਤਾਂ ਇੱਕੋ ਹੀ ਹੋ ਗਈ, ਤੈਸੇ ਪਰ ਤਨ ਪਰ ਤਨ ਦੁੱਖ ਨਾ ਤਰ ਦੁੱਖ ਮਾਣ ਕਹਿਤ ਕਛਾਡੋ ਚਾਹੇ ਟੇਬ ਨਾ ਟਰਦਾ, ਨਹੀਂ ਤੇ ਬੰਦਾ ਕਹਿੰਦਾ ਹੀ ਰਹਿੰਦਾ ਪਰ ਅਖੀਰ ਤੇ ਟਲਦਾ ਨਹੀਂ ਹੈ। ਪਤਾ ਲੱਗ ਜਾਂਦਾ ਉਹਦੇ ਕਰਮਾਂ ਤੋਂ, ਪਤਾ ਲੱਗ ਜਾਂਦਾ ਉਹਦੀ ਜ਼ਬਾਨ ਤੋਂ, ਪਤਾ ਲੱਗ ਜਾਂਦਾ ਉਹਦੇ ਦੇਖਣ ਤੋਂ, ਉਹਦੇ ਕਰਮਾਂ ਤੋਂ ਹੈ ਕੀ ਹੈ। ਇਸ ਕਰਕੇ ਸਿੱਖ ਹੈ ਨਾ ਜਿਹੜਾ ਗੁਰਮੁਖੋ, ਕੇਵਲ ਬਾਹਰੋਂ ਬਾਹਰੋਂ ਨਹੀਂ ਹੈ, ਪਤਾ ਲੱਗੇ। ਮੈਂ ਕਈ ਵਾਰ ਬੇਨਤੀ ਕਰਦਾ, ਸਮਾਪਤੀ ਵੱਲ ਆ ਕੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਜਿਹੜਾ ਗੁਰੂ ਦੀ ਸੰਗਤ ਕਰਨ ਵਾਲਾ ਹੈ ਨਾ, ਉਹਦਾ ਪਤਾ ਲੱਗਣਾ ਚਾਹੀਦਾ ਵੀ ਗੁਰੂ ਦੀ ਸੰਗਤ ਕਰਦਾ ਹੈ। ਜੇ ਘਰੇ ਬਹਿ ਕੇ ਉਹ ਵੀ ਲੜੀ ਜਾਂਦਾ, ਜਿਹੜਾ ਕਦੇ ਗੁਰਦੁਆਰੇ ਨਹੀਂ ਆਇਆ ਉਹ ਵੀ ਲੜਦਾ, ਜਿਹੜਾ ਰੋਜ਼ਾਨਾ ਆਇਆ ਉਹ ਵੀ ਲੜਦਾ ਘਰੇ, ਫਿਰ ਤਾਂ ਪਤਾ ਲੱਗਾ ਵੀ ਇਹ ਤਾਂ ਫਰਕ ਤਾਂ ਕੋਈ ਪਿਆ ਨਹੀਂ। ਪਤਾ ਲੱਗੇ ਨਾ ਵੀ ਇਹ ਚੁੱਪ ਕਿਉਂ, ਇਹਦਾ ਮਨ ਸ਼ਾਂਤ ਕਿਉਂ ਹੈ ਇੰਨਾ, ਇਹਦਾ ਮਨ ਕਿਉਂ ਠੰਡਾ ਹੈ ਇੰਨਾ, ਇਹ ਇੰਨਾ ਮਿੱਠਾ ਕਿਉਂ ਬੋਲਦਾ, ਇਹ ਝੂਠ ਦੇ ਪਾਸੇ ਕਿਉਂ ਨਹੀਂ ਖੜਾ ਹੁੰਦਾ, ਇਹ ਸਦਾ ਸੱਚ ਵਾਲੇ ਪਾਸੇ ਕਿਉਂ ਖੜਾ ਹੁੰਦਾ, ਕਿਉਂਕਿ ਭਾਈ ਇਹ ਸੰਗਤ ਕਰਦਾ। ਪਤਾ ਲੱਗਾ ਨਾ ਵੀ ਇਹ ਸੰਗਤ ਕਰਦਾ, ਅਤੇ ਬੰਦਾ ਕਹੇ ਠੀਕ ਹੈ, ਅੱਛਾ ਸੰਗਤ ਕਰਨ ਨਾਲ ਇੱਦਾਂ ਹੋ ਜਾਈਦਾ, ਫਿਰ ਆਪਾਂ ਵੀ ਕਰਿਆ ਕਰਾਂਗੇ, ਗੱਲ ਫੇਰ ਹੀ ਬਣੇਗੀ ਨਾ। ਇਸ ਕਰਕੇ ਪਾਤਸ਼ਾਹ ਕਹਿੰਦੇ ਕਬੀਰ ਆਹ ਸਾਕਤ ਦੀ ਲੱਛਣ ਕੀ ਹੁੰਦੇ ਨੇ, ਆਹ ਲੱਛਣ ਨੇ ਸਾਕਤ ਦੇ, ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਐ ਲੋਕੇ ਖਾ ਲਈਏ ਪ੍ਰਗਟ ਹੋਏ ਨਿਦਾਨ। ਪਰ ਅਖੀਰ ਨੂੰ ਪ੍ਰੋਫੈਸਰ ਸਾਹਿਬ ਸਿੰਘ ਨੇ ਨਿਦਾਨ ਦੇ ਅਰਥ ਅਖੀਰ ਕੀਤੇ ਆ, ਅਖੀਰ ਨੂੰ ਭਾਈ ਪ੍ਰਗਟ ਹੋਈ ਜਾਂਦੀ ਹੈ ਮੂੰਹ ਦੇ ਵਿੱਚੋਂ, ਲਸਣ ਦੀ ਬਦਬੋ ਮੂੰਹ ਦੇ ਵਿੱਚੋਂ ਪ੍ਰਗਟ ਹੋਈ ਜਾਂਦੀ ਹੈ, ਪਤਾ ਲੱਗ ਹੀ ਜਾਂਦਾ ਵੀ ਖਾਧਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਭਾਈ ਤੂੰ ਸਾਕਤ ਨਹੀਂ ਬਣਨਾ, ਤੂੰ ਗੁਰਮੁਖ ਬਣਨਾ ਹੈ, ਤੂੰ ਨਾਮ ਜਪਣ ਵਾਲਾ ਬਣਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।